सत श्रीकाल जी, मैं हाँ गुरजीत सिंह रमाना। D5 चैनल देख रहे तमाम दर्शकों का स्वागत है। तो फरीदकोट के जोड़े समाज सेवी है लगातार जोड़े अजिहे उपराले करते हैं जिन्हों के नाल काफ़ी जोड़े लोगों को फायदा पहुँचता है। भारत विकास परिषद जी हैगी है पूरी उन्होंने टीम है उन्होंने वालों जो COVID-19 के दौरान जोड़े मरीज पॉजिटिव आते हैं उन्होंने पूरे परिवारों जोड़ा खाना तैयार करके इन्हों का जो बना का वधिया उपराला किया। साढ़े नाल प्रधान जी है गुप्ता जी गलबात करते हैं। गुप्ता जी, क्यों लोड़ पई है जरा तुम्हें उपराला करने? ਆਪਾਂ ਲਗਾਤਾਰ ਹੀ ਦੇਖ ਰਹੇ ਹਾਂ ਕਿ ਜਦੋਂ ਦਾ COVID-19 ਦਾ ਪ੍ਰਕੋਪ ਸਾਰੇ ਸੰਸਾਰ ਦੇ ਵਿੱਚ ਸਪੈਸ਼ਲੀ ਭਾਰਤ ਦੇ ਵਿੱਚ ਅਤੇ ਆਮ ਆਪਣੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਸ਼ੁਰੂ ਹੋਈ ਹੋਈ ਹੈ ਅਤੇ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਕੰਟੇਜੀਅਸ ਡਿਸੀਜ਼ ਹੋਣ ਦੇ ਕਾਰਨ ਘਰਾਂ ਦੇ ਵਿੱਚ ਸਾਰਾ ਪਰਿਵਾਰ ਹੈ ਜਿਹੜਾ ਉਹ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਰਿਹਾ ਹੈ। ਜਿਹੜਾ ਬੰਦਾ ਬੰਦੇ ਤੋਂ ਡਰਨ ਲੱਗ ਗਿਆ, ਭਰਾ ਭਰਾ ਤੋਂ ਡਰਦਾ ਹੈ, ਵਾਈਫ ਹਸਬੈਂਡ ਤੋਂ ਡਰਦੀ ਹੈ, ਬੱਚਾ ਮਾਂ ਤੋਂ ਡਰਦਾ ਹੈ ਕਿ ਕਿਤੇ ਮੈਨੂੰ ਨਾ ਇਹ ਬਿਮਾਰੀ ਹੋ ਜੇ, ਉਸ ਘਰ ਦੇ ਵਿੱਚ ਜਿੱਥੇ ਕਿ ਸਾਰੇ ਜੀ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਉਹਨਾਂ ਦੇ ਘਰੇ ਚੁੱਲ੍ਹਾ ਵੀ ਨਹੀਂ ਜਲਦਾ, ਰੋਟੀ ਵੀ ਨਹੀਂ ਪੱਕਦੀ, ਰੋ ਮਟੀਰੀਅਲ ਬਹੁਤ ਸੰਸਥਾਵਾਂ ਵੰਡ ਰਹੀਆਂ ਨੇ, DC ਆਫਿਸ ਵੱਲੋਂ ਵੀ ਜਾ ਰਹੇ ਨੇ, ਐਡਮਿਨਿਸਟ੍ਰੇਸ਼ਨ ਵੱਲੋਂ ਵੀ ਰੋ ਮਟੀਰੀਅਲ ਜਾ ਰਿਹਾ, ਪਰ ਜਿਹੜਾ ਬੰਦਾ ਫੀਵਰ ਦੇ ਨਾਲ ਬਿਮਾਰੀ ਦੇ ਨਾਲ ਗ੍ਰਸਤ ਆ ਉਹ ਰੋਟੀ ਬਣਾਉਣ ਤੋਂ ਅਸਮਰਥ ਹੈ। ਸਾਡੀ ਟੀਮ ਨੇ ਬੈਠ ਕੇ ਕੈਬਨਿਟ ਨੇ ਜਿਹਦੇ ਵਿੱਚ ਕਿ ਸ਼੍ਰੀ ਲਲਿਤ ਮੋਹਨ ਗੁਪਤਾ ਜੀ ਚੇਅਰਮੈਨ ਇੰਪਰੂਵਮੈਂਟ ਟਰੱਸਟ, ਡਾਕਟਰ SPA ਸੋਢੀ ਪ੍ਰੋਜੈਕਟ ਚੇਅਰਮੈਨ ਨੇ ਇਸ ਪ੍ਰੋਜੈਕਟ ਦੇ, ਸ਼੍ਰੀ ਬਲਜੀਤ ਸਿੰਘ ਬਿੰਦਰਾ ਜੀ ਸੈਕਟਰੀ, ਸ਼੍ਰੀ ਸੇਵਾ ਸਿੰਘ ਜੀ ਚਾਵਲਾ ਚੀਫ ਪੈਟਰਨ, ਸ਼੍ਰੀ ਰਾਜਕੁਮਾਰ ਗੁਪਤਾ ਜੀ ਪੈਟਰਨ, ਡਾਕਟਰ ਨਵਦੀਪ ਸ਼ੇਖਰ ਮੇਰੇ ਨਾਲ, ਮੇਰੇ ਫਨਾਸ ਜਿਹੜੇ ਸੈਕਟਰੀ ਨੇ ਖੜ੍ਹੇ ਨੇ, ਸ਼੍ਰੀ ਦਿਨੇਸ਼ ਮੁਖੀਜਾ ਜੀ, ਦਵਿੰਦਰ ਭਾਜੀ, ਦਰਸ਼ਨ ਚੁੱਗ ਜੀ, ਇਹਨਾਂ ਸਾਰਿਆਂ ਨੇ ਇਹ ਡਿਸਾਈਡ ਕੀਤਾ ਕਿ ਕਿਉਂ ਨਾ ਆਪਾਂ ਇੱਕ ਇਹੋ ਜਿਹੀ ਸੇਵਾ ਕਰੀਏ ਜਿਸ ਨਾਲ ਕਿ ਆਮ ਬੰਦੇ ਨੂੰ ਰੋਟੀ ਜ਼ਰੂਰ ਮੁਹੱਈਆ ਹੋ ਸਕੇ। ਸੋ ਅਲਟੀਮੇਟਲੀ ਅਸੀਂ ਇਹ ਡਿਸਾਈਡ ਕੀਤਾ ਕਿ ਜਦ ਤੱਕ ਇਹ ਪ੍ਰੋਬਲਮ ਘਰਾਂ ਦੇ ਵਿੱਚ ਹੈਗੀ ਹੈ, ਐਸਪੈਸ਼ਲੀ ਜਿਹੜੇ ਬੰਦੇ ਕੁਆਰੰਟਾਈਨ ਨੇ ਘਰਾਂ ਦੇ ਵਿੱਚ, ਉਹਨਾਂ ਨੂੰ ਬੇਕਡ ਫੂਡ ਬਣਿਆ ਹੋਇਆ ਭੋਜਨ 2 ਟਾਈਮ ਲੰਚ ਅਤੇ ਡਿਨਰ ਦੇ ਰੂਪ ਦੇ ਵਿੱਚ ਘਰੋ ਘਰ ਇੱਥੋਂ ਭੇਜਿਆ ਜਾ। ਪ੍ਰਧਾਨ ਜੀ, ਤੁਸੀਂ ਗੱਲ ਕੀਤੀ ਹੈ ਭਰਾ ਭਰਾ ਤੋਂ ਡਰਦਾ, ਜਦੋਂ ਕੋਈ ਕਰੋਨਾ ਮਰੀਜ਼ ਆ ਜਾਂਦਾ, ਕੋਈ ਪੋਜ਼ਿਟਿਵ ਆ ਜਾਂਦਾ, ਉਹ ਵੀ ਨੇੜੇ ਜਾਂਦਾ, ਫਿਰ ਤੁਹਾਨੂੰ ਨਹੀਂ ਡਰ ਲੱਗਦਾ? ਤੁਸੀਂ ਇਹ ਫਿਰ ਸਾਰਾ ਕਿਵੇਂ ਇਹ ਸਾਰੀ ਸੋਚ ਅਪਣਾਈ ਹੈ ਵੀ ਅਸੀਂ ਇਹ ਮੂਹਰੇ ਹੋ ਕੇ ਲੜਾਈ ਲੜੀਏ? ਜਿਹੜੇ ਕਿ ਸਾਡੇ ਪ੍ਰੋਜੈਕਟ ਦੇ ਚੇਅਰਮੈਨ ਨੇ ਡਾਕਟਰ SPA ਸੋਢੀ ਪ੍ਰਿੰਸੀਪਲ ਦਸ਼ਮੇਸ਼ ਡੈਂਟਲ ਕਾਲਜ, ਉਹਨਾਂ ਨੇ ਇਸ ਗੱਲ ਉੱਤੇ ਬੜਾ ਵਿਚਾਰਿਆ, ਅਸੀਂ ਸਾਰਿਆਂ ਨੇ ਵਿਚਾਰਿਆ, ਅਤੇ ਅਸੀਂ ਉਹ ਬੰਦੇ ਇਸ ਪ੍ਰੋਜੈਕਟ ਦੇ ਵਿੱਚ ਸਰਵਿਸ ਅੱਗੇ ਜਿਹੜੇ ਕਿ ਡੋਰ ਟੂ ਡੋਰ ਜਾ ਕੇ ਸਰਵ ਕਰਨਗੇ, ਉਹ ਬੰਦੇ ਨੇ ਜਿਹੜੇ ਕਿ ਆਲਰੇਡੀ ਇਸ ਬਿਮਾਰੀ ਤੋਂ ਨਿਕਲ ਚੁੱਕੇ ਹਨ, ਉਹਨਾਂ ਨੂੰ ਸਾਰੀ ਵੈਕਸੀਨੇਸ਼ਨ ਵੀ ਲੱਗੀ ਹੋਈ ਹੈ, ਅਤੇ ਜਦੋਂ ਸਪੈਸ਼ਲੀ ਹੁਣ ਜਦੋਂ ਜਾਣਗੇ, ਉਹ ਕਹਿਣ ਦਾ ਭਾਵ ਹੈ ਕਿ ਉਹ ਇਸ ਵਕਤ ਇਹੋ ਜਿਹੀ ਸਟੇਜ ਦੇ ਵਿੱਚ ਨੇ ਕਿ ਉਹ ਕਿਸੇ ਨੂੰ ਕਿਸੇ ਤਰ੍ਹਾਂ ਨੁਕਸਾਨ ਨਹੀਂ ਪਹੁੰਚਾ ਸਕਦੇ, ਪਰ ਉਹ ਆਪਣੀ ਹਦਾਇਤ ਲਈ, ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਦੇ ਬਕਾਇਦਾ PPE ਕਿੱਟ, ਗਲਵਜ਼, ਮਾਸਕ ਲਗਾ ਕੇ ਉਹ ਘਰੋ ਘਰ ਡਿਲੀਵਰੀ ਕਰਨ ਜਾਣਗੇ। ਜਿਹੜਾ ਤੁਸੀਂ ਖਾਣਾ ਤਿਆਰ ਕਰਦੇ ਹੋ ਪ੍ਰੋਪਰ ਤਰੀਕੇ ਦੇ ਨਾਲ, ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ COVID-19 ਤੋਂ ਬਚਣ ਲਈ, ਉਹ ਕਿਵੇਂ ਜਿਹੜੀਆਂ ਤੁਸੀਂ ਅਪਣਾਉਂਦੇ ਹੋ, ਔਰ ਨਾਲ ਹੀ ਕਿੰਨੇ ਟਾਈਮ ਜਿਹੜਾ ਖਾਣਾ ਭੇਜਦੇ ਆ, ਔਰ ਖਾਣੇ ਦੇ ਵਿੱਚ ਕੀ ਜਿਹੜਾ ਪ੍ਰੋਵਾਈਡ ਕਰਵਾਉਣੇ? ਅਸੀਂ ਸਾਡੀ ਕੈਬਨਿਟ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਹੋਲਸਮ ਨਿਊਟ੍ਰੀਸ਼ੀਅਸ ਫੂਡ ਹੈ ਜਿਹੜਾ, ਜੋ ਕਿ ਇੱਕ ਕੋਵਿਡ ਮਰੀਜ਼ ਨੂੰ ਦਿੱਤਾ ਜਾਂਦਾ, ਉਹ ਲੰਚ ਅਤੇ ਡਿਨਰ ਦੇ ਰੂਪ ਦੇ ਵਿੱਚ, ਡਾਈਟ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਨਾ। ਇੱਕ ਘਰ ਦੇ ਵਿੱਚ ਬੇਸ਼ੱਕ ਇੱਕ ਪੇਸ਼ੈਂਟ ਹੈ ਜਿਹਦੀ ਕਾਲ ਆਈ ਹੈ ਜਾਂ 10 ਮਰੀਜ਼ ਨੇ, ਅਸੀਂ ਉਹਨੇ ਹੀ ਫੂਡ ਭੇਜ ਰਹੇ ਹਾਂ, ਔਰ COVID-19 ਦੇ ਜੋ ਪ੍ਰੋਟੋਕਾਲਸ ਨੇ MHA ਦੇ, ਪੰਜਾਬ ਸਰਕਾਰ ਦੇ, ਉਹਨਾਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਜਿਹੜਾ ਫੂਡ ਆ ਉਹ ਇੱਥੇ ਪ੍ਰਿਪੇਅਰ ਕੀਤਾ ਜਾ ਰਿਹਾ ਹੈ। ਜਿਹੜੇ ਹੁਣ ਮਰੀਜ਼ ਪੋਜ਼ਿਟਿਵ ਆ ਜਾਂਦੇ ਆ, ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਦਾ, ਤੁਸੀਂ ਉਹਨਾਂ ਨਾਲ ਸੰਪਰਕ ਕਰਦੇ ਆ ਜਾਂ ਉਹ ਤੁਹਾਡੇ ਨਾਲ ਸੰਪਰਕ ਕਰਦੇ ਆ, ਕੋਈ ਨੰਬਰ ਦਿੱਤੇ ਆ, ਕਿਵੇਂ ਫਿਰ ਇਹ ਸਾਰਾ ਜਿਹੜਾ ਤੁਸੀਂ ਇਹ ਚਲਾਉਂਦੇ ਆ? ਅਸੀਂ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਫਲੈਕਸਿਸ ਲਗਾਈਆਂ ਨੇ, ਜਿਨ੍ਹਾਂ ਉੱਤੇ ਕਿ ਅਸੀਂ 6 ਹੈਲਪਲਾਈਨ ਨੰਬਰ ਜਿਹੜੇ ਨੇ ਉਹ ਦਿੱਤੇ ਨੇ। ਅਸੀਂ ਉਹਦੇ ਇਹ ਬੇਨਤੀ ਕੀਤੀ ਹੈ ਕਿ ਜਿਸ ਵੀ ਪਰਿਵਾਰ ਨੂੰ ਫੂਡ ਚਾਹੀਦਾ ਲੰਚ ਜਾਂ ਡਿਨਰ, ਉਹ ਇੱਕ ਦਿਨ ਪਹਿਲਾਂ ਸਾਡੇ ਕੋਲ ਇਹਨਾਂ 6 ਨੰਬਰਾਂ ਉੱਤੇ ਪੈਨਿਕ ਬਟਨ ਦਬਾ ਕੇ ਇੱਕ ਤਰ੍ਹਾਂ ਦਾ ਸਾਨੂੰ ਇਨਫੋਰਮ ਕਰਨ। ਪਲੱਸ ਸਾਈਮਲਟੇਨੀਅਸਲੀ ਅਸੀਂ ਰਿਕੁਐਸਟ ਕੀਤੀ ਹੈ SDM ਮਿਸ ਪੂਨਮ ਅਤੇ DC ਸਾਹਿਬ ਨੂੰ, ਨਾਲੇ ਸਿਵਲ ਸਰਜਨ ਆਫਿਸ ਨੂੰ, ਕਿ ਜਦੋਂ ਵੀ ਉਹਨਾਂ ਕੋਲ ਕਿਸੇ ਪੋਜ਼ਿਟਿਵ COVID-19 ਦਾ ਕੋਈ ਪੇਸ਼ੈਂਟ ਆਉਂਦਾ ਜਿਹੜਾ ਕਿ ਹੋਮ ਕੁਆਰੰਟਾਈਨ ਹੈ, ਉਹ ਸਾਨੂੰ ਸ਼ੇਅਰ ਕਰ ਦੇਣ ਤਾਂ ਜੋ ਅਸੀਂ ਉਹਨਾਂ ਨੂੰ ਫੂਡ ਪ੍ਰੋਵਾਈਡ ਕਰ ਸਕੀਏ। ਤਾਂ ਸਾਡੇ ਨਾਲ ਦਵਿੰਦਰ ਜੀ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਦਵਿੰਦਰ ਜੀ, ਲਗਾਤਾਰ ਤੁਸੀਂ ਜਿਹੜਾ ਬੜਾ ਸਮਾਜ ਸੇਵਾ ਦੇ ਵਿੱਚ ਤੁਹਾਡਾ ਜਿਹੜਾ ਹਿੱਸਾ ਹੈਗਾ, ਹੁਣ ਜਿਹੜਾ ਇਹ ਬਹੁਤ ਵਧੀਆ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ, ਅਤੇ ਇਹਦੇ ਵਿੱਚ ਲੋਕਾਂ ਦਾ ਕੀ ਰਿਸਪੋਂਸ ਮਿਲਦਾ, ਹੋਰ ਵੀ ਤੁਹਾਡੇ ਨਾਲ ਸੰਪਰਕ ਕਰ ਰਹੇ ਹੋਣੇ ਵੀ ਸਾਡਾ ਵੀ ਸਹਿਯੋਗ ਲਓ? ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਇਸ ਮਹਾਂਵਾਕ ਮੁਤਾਬਕ ਫਰੀਦਕੋਟ ਦੀ ਮੁਕੱਦਸ ਧਰਤੀ, ਬਾਬਾ ਫਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਬਾਬਾ ਫਰੀਦ ਜੀ ਦਾ ਵਰਦਾਨ ਹੈ, ਉਹਦੇ ਵਿੱਚ ਇੱਕ ਭਾਰਤ ਵਿਕਾਸ ਪ੍ਰੀਸ਼ਦ ਦੇ ਇੱਕ ਐਸੇ ਨੁਮਾਇੰਦੇ ਹੈ
ऐसिया पवित्र रूहां ने ऐसी चंगी सोच है मन तू जोत सुरूप है अपना मूल पछाण भारत विकास परिषद के सारे नुमाइंदिया ने जिदे विच साडे प्रैजीडेंट अतुल गुप्ता जी ने दर्शन लाल चुग जी ने डॉक्टर सोढ़ी जी ने डॉक्टर गुरसेवक जी ने राज कुमार गुप्ता जी ने सारी टीम जी कैबिनेट टीम है इन्होंने ये सोचा भी कोरोना की भयंकर बीमारी ने ग्रस्त कर लिया समाज में जिद फरीदकोट के बहुत ज़्यादा लोग ग्रस्त हो गए कोरोना के ना बीमार पै गए ने इन्नी बीमारी बढ़ गई है भी घर के कोई खाना बनाने वाला भी नहीं सो इस परिषद ने सोचा भी असी अगे आईए क्योंकि सेवा करत होत नहकामी तिसको होत प्राप्त स्वामी साडा फर्ज बनता भी असी इंसान है इंसानों वाले काम करके इस सारी परिषद ने एक बहुत वड्डा उपराला किया कॉल नंबर दिते हुए ने फ्लैक्स बोर्ड लाए हुए ने जिन्होंने भी जरूरत पैंदी है जां एडमिनिस्ट्रेशन के थ्रू इन्होंने कॉल आउंदी है एक घर उन्होंने खाना पहुँचाते हैं और इन्ना हाईजैनिक खाना पहुँचाते हैं डॉक्टर एस पी एल सोढ़ी की देख रेख दे डेंटल कॉलेज दे हॉस्पिटल के खाना तैयार किया जाता है और घर घर एक खाना पहुँचा के असी आपकी खुशी महसूस करते हैं और उस परबतगार अगे अरदास करते भी हाँ मालिक तू बस कर दुनिया के उपर इन्नी ज़्यादा ये बीमारी ने ग्रस्त कर लिया भी असी पहला तो हुक्म यह होंदा सी रल के रहना चाहिए पर हुण इस तरह के हालात बन गए ने भी तुसी 6 फुट की दूरी बना के रखो घर विच भी रहना वखरे वखरे रहो असी बेनती करते उस मालिक अगे भी यह परदोगार सानू बख्श ला साढ़े तो जिंदगी बड़िया भुलां होईयां होणगियां जिंदगी का सफर करदिया बहुत ज़्यादा अणजाणे विच गलतियां होईयां होणगियां पर गलतियां दे विच ऐसे लोग जकड़े गए ने जिन्हां दी कोई जिंदगी गलती भी नहीं चंगे इंसान भी जकड़े गए दविंदर जी परमात्मा अगे अरदास है कि यह गल सच ना होवे यह कहा जा रहा है जिहड़ी इह जिहड़ी दूजी वेव है ये लंबा समा चलेगी बड़ी घातक है ये तो जिहड़ी तीजी आ रही है इस तो भी घातक है तो जिहड़ा ये तुसीं अपना उपराला शुरू किया है ये फिर इसनूं किवें अगां अगे मेनटेन करोगे देखो जिथे सेवा का कार्ज आ जाए सेवा करत होत नहकामी के हुक्म मुताबक जिथे सेवा का कार्ज आ जाए जिथे असी तनो मनो कह भी सेवा ही करनी है उत्थे कदे तोड़ नहीं आता अकाल पुरख असी एक काम शुरू करिए हज़ारां दी तादाद दे विच साढ़े नाल जिहड़े साढ़े परिषद के मैंबर ने सारे नाल खड़े ने साढ़े कोई 60-65 के करीब परिषद के मैंबर ने होर भी समाज सेवी संस्थावां रल के ये कार्ज करनगियां पर असी बेनती करते हैं उस परवदगार अगे भी ये बीमारी तो सानूं निजात दवावे असी किसी इस तरह का भोजन ना दईए वैसे लंगर ला दईए वक्री चीज़ है पर इउं देना साडा मन ही जाणदा जदों असी उन्हां मरीजां नूं उन्हां लोकां नूं घर घर जाके खाणा पहुँचाउने आ जिहड़े लोग खुद आप लंगर वंडदे सी अज उन्हां नूं हत्थ फैला के लंगर लैण दी जरूरत पैंदी है इस तरह का मौका ना आवे असी परवदगार अगे अरदास कर सकते हैं उही साडी बेनती परिवार कर सकदा है साढ़े नाल डॉक्टर सोढ़ी जी है जिहड़ा हर मौके पर इन्हां संस्था के नाल मुढ़ नाल मोढ़ा जोड़ के अगे होकर काम करते हैं उन्होंने गलबात करते हैं सोढ़ी साहब जिहड़ा हुण जिहड़ा उपराला कीता है क्योंकि COVID-19 के किसी परिवार के जिहड़े सारे मरीज पॉजिटिव आ जाते हैं बहुत वधिया उपराला उन्होंने परिवार को तुसीं जिहड़ा खाना तैयार करके प्रोवाइड करवाउण दा जिहड़ी योजना बनाई है ये इहनूं किवें जिहड़ा इहनूं अमली जामा आने वाले समय से अपनाओगे क्योंकि बहुत लंबा जा सकता है मैं सब तो पहला तो भारत विकास परिषद कोटकपुरा फरीदकोट सारे मेरे सहयोगी मित्रों का सारिया का बहुत बहुत धन्यवादी है कि असी तो एक आवाज़ लगाई सी सारिया ने हुम हुमा के साडा साथ दिता मैं अकेला चला था लोग जुड़ते गए और काफिला बन गया तुहाडी गल का जवाब इस मेरे शेर च है कि जे अगर ये गल वधेगी तो काफिला अपने आप बनेगा इहदी कोई वाहिगुरु आपे मेहर करेगा हुणे हुणे दविंदर जी ने भी कहा इहदी सानूं बिल्कुल चिंता नहीं है जो मर्जी हो जाए असी करांगे पर इहो जिहा खाणा असी ना ही देईए तो चंगा है डॉक्टर साहब तुसीं खुद डॉक्टर हो लोगों को एक अपील किवें करोगे क्योंकि लोगों के हजे भी अवेयरनैस बहुत घट है उन्होंने कहना कि कोरोना नहीं है सरकार जी साजिश है सरकार की पर फिर भी आपके तौर पर लोगों को मैसेज दिओ मैं सिर्फ एको ही हाथ जोड़ के बेनती करांगा वैसे सानू सारिया नू टीवी दे माध्यम नाल होर सोशल मीडिया दे माध्यम नाल सानू पता भी है पर असी उनू अमली जामा नहीं पहना रहे सब तो वड्डा वैक्सीन है साडा मास्क मास्क बहुत जरूरी है सब तो वड्डा वैक्सीन मास्क लगाना है बार बार हाथ धोने हैं हाथ सैनिटाइज करने हैं ते 2 गज की दूरी रखनी है भीड़ वाले इलाके च नहीं जाना जिन्नी जल्दी हो सके अपने आप नू वैक्सीन लगा के सुरक्षित करना है
ਭਾਵੇਂ ਠੀਕ ਹੈ ਵੈਕਸੀਨ ਲਗਾਉਣ ਵਾਲੇ ਵੀ ਉਹਨਾਂ ਨੂੰ ਕੋਵਿਡ ਹੋ ਗਿਆ ਕਿਉਂਕਿ ਇਹ ਦੂਸਰਾ ਸਟ੍ਰੇਨ ਹੈਗਾ ਹੈ, ਪਰ ਜਿਨ੍ਹਾਂ ਨੂੰ ਵੈਕਸੀਨ ਲੱਗਾ ਸੀਗਾ ਉਹਨਾਂ ਨੂੰ ਕਰੋਨਾ ਦੇ ਆਇਆ ਪਰ ਉਹ ਇੰਨਾ ਘਾਤਕ ਨਹੀਂ ਹੋਇਆ, ਉਹ ਜਲਦੀ ਠੀਕ ਹੋ ਗਏ। ਇਸ ਕਰਕੇ ਮੇਰੇ ਵੀਰੋ, ਮੇਰੇ ਭਰਾਓ, ਮੇਰੇ ਭੈਣੋ, ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ। ਤਾਂ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਤੁਸੀਂ ਸੁਣੀ ਹੈ, ਕੋਵਿਡ 19 ਜਿਹੜੀ ਵੈਕਸੀਨ ਲੱਗਦੀ ਹੈ, ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈਗਾ ਕਿ ਵੈਕਸੀਨ ਤੋਂ ਬਾਅਦ ਵੀ ਜਿਹੜੇ ਲੋਕ ਕਰੋਨਾ ਪੋਜ਼ੀਟਿਵ ਪਾਏ ਜਾ ਰਹੇ ਹੈ, ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਰੋਨਾ ਪੋਜ਼ੀਟਿਵ, ਜੇ ਤੁਹਾਨੂੰ ਪੋਜ਼ੀਟਿਵ ਪਾਏ ਵੀ ਜਾਂਦੇ ਹੋ ਪਰ ਤੁਹਾਡੇ ਸਰੀਰ ਦੇ ਉੱਤੇ ਕੋਈ ਅਸਰ ਨਹੀਂ ਇਸ ਬਿਮਾਰੀ ਦਾ ਹੋਵੇਗਾ, ਇਹ ਸਭ ਤੋਂ ਵੱਡੀ ਗੱਲ ਹੈ। ਇਹ ਜ਼ਰੂਰ ਤੁਹਾਨੂੰ ਅਤੇ ਨਾਲ ਹੀ ਜਿਹੜੀ ਭਾਰਤ ਵਿਕਾਸ ਪਰਿਸ਼ਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਕਿਉਂਕਿ ਇੱਕ ਪਰਿਵਾਰ ਦੇ ਜੇਕਰ ਸਾਰੇ ਜਿਹੜੇ ਖਾਸ ਕਰਕੇ ਜੇ ਉਸ ਘਰ ਦੀ ਔਰਤ ਜਿਹੜੀ ਇਹ ਕਰੋਨਾ ਪੋਜ਼ੀਟਿਵ ਆਉਂਦੀ ਹੈ ਤਾਂ ਜਿਹੜੇ ਘਰ ਦੇ ਦੂਜੇ ਮੈਂਬਰ ਆ ਉਹਨਾਂ ਨੂੰ ਖਾਣਾ ਮਿਲਣਾ ਬਹੁਤ ਔਖਾ ਹੈ, ਤਾਂ ਇਹਨਾਂ ਨੇ ਬਹੁਤ ਵਧੀਆ ਸੋਚ ਕੀਤੀ ਹੈ, ਉਹਨਾਂ ਨੂੰ ਖਾਣਾ ਜਿਹੜਾ ਪ੍ਰੋਵਾਈਡ ਕਰਵਾਉਣਗੇ ਅਤੇ ਬੜਾ ਵਧੀਆ ਇਹਨਾਂ ਦਾ ਇਹ ਉਪਰਾਲਾ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਲੋਕ ਜੇਕਰ ਜੇ ਕਿਸੇ ਨੂੰ ਲੋੜ ਪੈਂਦੀ ਹੈ, ਅਸੀਂ ਤੁਹਾਨੂੰ ਆਪਦੀ ਸਕਰੀਨ 'ਤੇ ਉਹ ਨੰਬਰ ਹੈ ਜਿਹੜੇ ਇਹਨਾਂ ਦੇ ਜਿਨ੍ਹਾਂ ਨਾਲ ਸੰਪਰਕ ਕਰਨਾ ਉਹ ਵੀ ਤੁਹਾਨੂੰ ਦਿਖਾਵਾਂਗੇ, ਉਹਨਾਂ ਨੰਬਰਾਂ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਦੀ ਮਦਦ ਲੈ ਸਕਦੇ ਹੋ। ਅਤੇ ਸਾਡੀ ਵੀ ਜਿਹੜੀ ਹੈਗੀ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੀ ਇਸ ਕੋਵਿਡ-19 ਤੋਂ ਜਿਹੜੀ ਨਿਜਾਤ ਮਿਲ ਸਕੇ। ਕੈਮਰਾਮੈਨ ਅਮਿਤ ਦੇ ਨਾਲ ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।